धरती तन होए तन होए अंबर सबे दुख मुके सच्चे पातशाह जी हाथ बन दे चको भाई पिछले बंदा गया मेरा हाथ ला ला पहले डांग बा डांग रे काम कर रे डांग भी करना है हां हां इससे थोड़ा हाथ काम कर दे थोड़ी थोड़ी हां भाई हां ला आ काम में डांग दे चल चल तो कर दे कहां नो हां बस ठीक है टको पीछे नु इधर पूरे नु किधर नु जी इधर नु इधर नु चलन दे पूरे बराबर है सत श्रीकाल जी बाकी लगे भाई किन्ना पाउन मिस्त्री अपनी मर्जी का पाउंदा असीं अपनी का पाउन लगे मिस्त्री जिहड़े हिसाब का पाउन लगे ते इक पासे बुल जिहा कढ़न लग गया गाण ते आउणी आ हुण असीं अपनी मर्जी का पाउन भाई आ ठीक है तेरा एन ठीक है गाण इक नहीं निकलणी दी हां इक आ गहा पर तुसीं बाकी जगह भी है जी कान थोड़ी जी पांच सात उंगल की कान है वो इतने निकल जानी इतने भी अभी कम करते कान होंगी होंगी कान आ फिर इनकी तरफ आ जाती जगह वैसे और निकल थोड़ा चल कोई नहीं इतने निकल गई ए कटते नहीं गब्बे ना अभी पिछे कड़ने ना मूहे कड़ने गब्बे कटते नहीं कान गब्बे लुक जाती है फिर ना पता लगता इन्ना मूहे बराबर आ जाने एक सर पत्थर मकान भी कान च गां बाड़ा भी कान च खेत भी कान च वो तो हुण तैनूं दस दिता सी पिंडे कान विच साडा पंज खूंजे पिंड दे कान विच होया इह भाई कोई दस्सियो जे किसे ने पिंड दे पंज खूंजे साडे दे छेडे पाए हुण तक
ਖਾ ਛੱਡ ਪਾ ਗਏ ਸਾਰੇ ਖਾਣ ਵਾਲੇ ਹੋ ਪੂਰੇ ਨੂੰ ਕਸਕਾ ਲਓ ਬਾਈ ਹੁਣ ਬਾ ਠੀਕ ਆ ਚਾਰ ਉਂਗਲ ਉਧਰ ਹੋਣ ਤੇਰੀ ਇਧਰ ਨੂੰ ਆਣੀ ਆ ਜੀ ਇਧਰ ਚੱਲ 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 ਬਸ ਪੂਰੇ ਦੇ ਅੱਛੇ ਕਰ ਪਰਾਂ ਨੂੰ ਹੁਣ ਬਿੰਡ ਚੱਕੂ ਦੀ ਕਿਹੜੀ ਉਧਰ ਵਾਲੀ ਹੁਣ ਇੱਕ ਵਜ ਜਾਣੀ ਹੈ ਕੋਲ ਗੱਲ ਲੱਗੇ ਦੋਏ ਜਿਹੜੇ ਗਰੂ मास्टर चढ़ाता घोड़ी है दस मास्टर खिंचूगा घोड़ी खिंचू बस इधर मलकीत बलौगर गंगा बलौगर पिया है थोड़ा जहा फटन अज उधर उन्नी तू दस भी नहीं सकता है दस भी नहीं सकता इधर काला फटन तेरा सोजा है पैर पर मार फट गया रात मैं गर्म कोसा पानी गर्म पट्टी पर मैं बिचे पाउंदा था बाई कहना पाने पानी पाई जाए सवेरे सोजा घटता हूं जिम्मे 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 हूं डोल पाई जाए पानी पाता कि नहीं सारा लेना पेगा दोबारा यार उत्थे 7 किलोमीटर दोबारा समान जाना देख ला यार मोटर देख दे नहीं पानी उधर पाता छोटी फार्म दे लाग कर दे हां लाले भाई तेरे के हम हां जी नहीं चल जिथे मशीन गिल गिल गड़ी हुई है मैं रोटावेटर नाल बाया हुंदा डोला हां हां वो बाके आया था ओथे थोड़ा पानी पाया था उने मेनू किया बापू नु किमे पर रोटावेटर किमे काम करदा किमे ਉੱਥੇ ਹਾਂ ਸੁਪਰ ਸੀਡਰ ਨੇ ਤਾਂ ਪਤਾ ਵੀ ਨਹੀਂ ਲੱਗਣਾ ਉੱਥੇ ਨਾ ਫਿਰ ਵੀ ਰੂਟਾਵੀਟਰ ਦੇ ਯਾਰ ਸੁਪਰ ਸੀਡਰ ਦਾ ਬਹੁਤ ਫਰਕ ਹੈ ਰੂਟਾਵੀਟਰ ਨਾਲ ਕਾਰ ਨਿਕਲਦਾ ਜਮਾ ਹੀ ਕੋਈ ਡਲਾ ਨਹੀਂ ਬਣਦਾ ਕੋਈ ਕੁਝ ਨਹੀਂ ਰੂਟਾਵੀਟਰ ਨਾਲ ਸੁਪਰ ਸੀਡਰ ਨਾਲ ਜਮਾ ਹੀ ਭੋਰ ਦੇਣਾ ਬਾਤ ਹੈ ਜਿਹੜਾ ਇੱਕ ਬੰਦਾ ਖੁਰਚਣੇ ਪਰ ਚਾਹੀਦਾ ਤੁਹਾਨੂੰ ਇੰਨੀ ਗੱਲ ਕਹਿਤੀ ਮਿੱਟੀ ਨਹੀਂ ਲੱਗਦੀ ਤੈਨੂੰ ਉਹ ਤੈਨੂੰ ਨਹੀਂ ਲੱਗਣੇ ਕਿ ਰੂਲੇ ਨੂੰ ਜ਼ਰੂਰ ਲੱਗਣੇ ਜਿੱਥੇ ਉਹ ਫੁੱਡੇ ਹੋਣ ਬਾਪੂ ਨਾਲੇ ਆ ਬਸ ਫਿਰ ਫੌਡਿਆਂ ਨੂੰ ਫੌਡਾ ਚੱਲਣਾ ਚਾਹੀਦਾ ਹਾਂ ਬਸ ਹੁਣ ਜਮ ਐਂ ਥੋੜੋ ਵੀ ਜਮ ਹੀ ਸਾਫ਼ ਕਰੀ ਜਾਉਂਗੇ ਉਹਨੂੰ ਨਾ 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 ਘੁੰਮਦਾ ਚਾਹੀਦਾ ਬਸ ਫਿਰ ਘੁੰਮੀ ਜਾਣਾ ਜੇ ਨਾ ਘੁੰਮਿਆ ਉਹਨੂੰ ਮਿੱਟੀ ਰੋਕ ਲੈ ਕਰਨੀ ਉਹਨੂੰ ਮਿੱਟੀ ਰੋਕ ਹਾਂ ਫਿਰ ਪਤਾ ਲੱਗ ਜੇ ਕਰਨਾ ਵੀ ਹਾਂ ਰੂਲੇ ਨੂੰ ਮਿੱਟੀ ਲੱਗੀ ਹਾਂ ਅੱਬਲ 'ਚ ਲੱਗਣੀ ਨਹੀਂ ਹੈਗੀ ਮੈਨੂੰ ਪਤਾ ਹੈ ਖੇਤ ਬਣੂਗਾ ਬਹੁਤ ਬਸ ਹੈ ਉਹ ਛੋਟੇ ਬਾਇਆ ਵਾ ਖੇਤ ਯਾਰ ਮੈਂ ਉਹ ਬਾਇਆ ਜਾਂ ਹੁਣ ਜਿਹੜੇ ਮਸ਼ੀਨ ਦਾ ਵੀ ਹੋਈ ਦੀ ਅੱਧੇ ਕਿੱਲੇ ਦੇ ਪਾਇਆ ਉਹ ਹਿੱਟ ਦੇ ਚ ਪਾਏ ਨੇ ਉਹ ਤਾਂ ਜੇ ਪਾ ਵੀ ਦੇ ਤਾਂ ਵੀ ਬੱਟਾਂ ਟੁੱਟ ਕੇ ਭਰੀ ਜਾਂਦਾ ਉਹ ਠੀਕ ਹੈ ਬੱਟਾਂ ਦਾ ਇਦਾਂ ਵੀ ਟੁੱਟ ਗਿਆ ਇਕੱਠਾ ਹੀ ਭਰਦਾ ਇਹਦਾ ਐਂ ਵੀ ਜੇ ਲਾਈਟ ਲੂਟ ਭੱਜ ਜਵੇ ਤੇ ਲਾਇਆ ਹੋ ਜਾਂਦਾ ਬਾਪੂ ਕਿੱਥੇ ਆ ਹੁਣ ਬਾਪੂ ਉਧਰ ਵੇਚਣ ਲੱਗੇ ਹੋਏ ਜਸ਼ਨ ਰੋ ਮੈਂ ਇਧਰ ਨੂੰ ਆ ਗਿਆ ਪੈਪੇ ਕਿੱਲੀ ਕਰ ਉਹ ਤਾਂ ਕਹਿੰਦਾ ਰੂੜਾ ਆਲੂ ਵਾਲਾ ਖੇਤ ਤਿਆਰ ਕਰਨਾ ਮਾਰਦਾ ਉਹਨੇ ਫੇਰ ਮਾਰਨਾ ਕਹਿੰਦਾ ਦੋ ਪਰ ਲੈ ਗਿਆ ਤਾਂ ਸਵੇਰੇ ਨਾ ਫੇਰ ਲਈ ਆਣਾ ਤਾਂ ਦੋ ਪਰ ਕਹਿੰਦਾ ਫੇਰ ਮਾਰਨਾ ਅੱਛਾ ਅੱਛਾ ਫੇਰ ਕਰ ਨੂੰ ਲੈ ਗਿਆ ਇਹਨੂੰ ਉਰੇ ਕਿਆ ਅਸੀਂ ਮੰਡਵਾ ਮਾਰਨਾ ਤਾਂ ਇਹਦਾ ਰੋਪਣ ਜਾਣਾ ਤਾਂ ਅੱਛਾ ਹੈਲੋ ਮੇਰਾ ਪਹਿਲਾਂ ਕੰਮ ਜਦੋਂ ਰੋਪੜ ਜਾਇਆ ਹੈ ਹਾਂ ਬਾਕੀ ਖੰਡ ਪਾਰ ਦਾ ਨੂੰ ਪਤਾ ਚੱਲਦਾ ਹੀ ਹੈ ਵੀ ਹੁਣ 4 ਵਜੇ ਡਿਊਟੀ ਜਾਣਾ ਹੈ ਆ ਤਾਂ ਮੈਂ ਨਾ ਦੇਖਣ ਆਇਆ ਤਾਂ ਮਿੰਟ ਮੇਰੇ ਕੋਲ 10-15 ਆ ਗਿਆ ਬਸ ਉਰੇ ਮਾਸਟਰ ਦਾ ਭਾਈ ਅਪਾਇੰਟਮੈਂਟ ਲੈ ਕਰੋਗਾ ਹਾਂ ਹੁਣ ਬਾਸਾ ਸੀਜ਼ਨ ਆ ਗਿਆ ਬਸ ਅਸਰ ਹਾਂ ਹੁਣ 4 ਤੇ 6 ਡਿਊਟੀ 6 ਵਜੇ ਆਵਾਂਗੇ 6 ਵਜੇ ਦੱਸ ਦਿਓ ਕੰਮ ਹੋਇਆ ਕੋਈ ਬੀਜ ਲੈ ਕੇ ਆਏ ਪਹਿਲਾਂ ਜਾ ਕੇ ਆ ਰਹੇ ਦੁਪਹਿਰੇ ਭਾਈ ਮਾਸਾ ਧੰਨਵਾਦ ਸਾਡਾ ਤਾਂ ਟੀਨਾ ਪਵਾਤੀ ਇਹ ਕਹਿ ਦਿੰਦੇ ਮੈਨੂੰ ਕਹਿੰਦਾ ਪਹਿਲਾਂ ਸ਼ਾਇਦ ਇਹਨੇ ਪਾਇਆ ਹੋਵੇ ਵੀਡੀਓ ਮੈਂ ਤੇ ਪਹਿਲੇ ਫੇਟ ਹੋ ਜਾਂਦੇ ਆ ਹਾਂ
ਇਹ ਕੱਲ ਕਹਿੰਦੇ ਵੀ ਅਸੀਂ ਔਰ ਲੱਗੇ ਲਾਉਣ ਨਵੀਂ ਆਈਟਮ ਛੋਲੇ ਯਾਰ ਮਸਰੀ ਸਮਝਿਆ ਵੀ ਮਹਾ ਯਾਰ ਇਹ ਤਾਂ ਤੁਸੀਂ ਲਾਉਣ ਤਾਂ ਲੱਗੇ ਆ ਵੀ ਇਹ ਵੀ ਲਸਣ ਨਾਲ ਦਾ ਹੀ ਕੰਮ ਹੈ ਹਾਂ ਵੀ ਉਹੋ ਜਿਹੇ ਕੰਮ ਹੁਣੇ ਫੇਰ ਕਰਦੇ ਆ ਥੋੜੀ ਜਗ੍ਹਾ ਇਹ ਕਹਿੰਦਾ ਵੀ ਮੁੰਡਾ ਕਹਿੰਦਾ ਤੁਹਾਨੂੰ ਕਰਕੇ ਦਿਖਾਉਣਾ ਬੀਜ ਦੇਖ ਲਿਆ ਵੀ ਦੋ ਸ਼ਾਇਦ ਤਿੰਨ ਕੱਲ ਗਾਇਆ ਇਹ ਨਹੀਂ ਲੈ ਗਿਆ ਹੈਗਾ ਕਹਿੰਦਾ ਮੈਂ ਚੱਲਿਆ ਲੈਣ ਹੁਣੇ ਲਿਆਉਣਾ ਮੈਂ ਪਰ ਮੈਂ ਦੁਆ ਕੇ ਲਿਆ ਅੱਜ ਬਈ ਜਾ ਅਸੀਂ ਮਾੜਾ ਜਿਹਾ ਕੰਮ ਨੂੰ ਬਾਪੂ ਨੂੰ ਕਿਹਾ ਮੈਂ ਤੂੰ ਆਪ ਲਿਆ ਇਹ ਤਾਂ ਆਪ ਹੀ ਦੱਸ ਦੇਣਾ ਅਗਲੇ ਕਮੈਂਟਾਂ ਵਿੱਚ ਕਿਹਾ ਜਿਹਾ ਲਿਆਉਣਾ ਤਾਂ ਮਾਸਰ ਨੀ ਕਰਾਈ ਆ ਉਹ ਬਹੁਤ ਦੂਰ ਲਾਉਣਾ ਪੈਂਦਾ ਹੁਣ ਉਹ ਕਿੱਥੇ ਨੂੰ ਗਿਆ ਸਮਾਨ ਲੱਭਦਾ ਬੰਬ ਲਈ ਫਿਰਦਾ ਮਾਸੜ ਬੰਬ ਬੰਬ ਯਾਰ ਲਿਆਂਦਾ ਤਾਂ ਡੱਬੀ ਭੁੱਲ ਗਿਆ ਕਣਕ ਚ ਕੌਂ ਬੈਠਦੇ ਤੇ ਮਹਾ ਇੱਕ ਉਰੇ ਦੇ ਚਲਾ ਦਵਾਂ ਸਾਰਿਆਂ ਦੇ ਉੜ ਜੂਗੇ ਇੱਕ ਨਾਲ ਬਣ ਜੂਗਾ ਲਾਈਕ ਨਾਲ ਇੱਕ ਨਾਲ ਲਿਖੇ ਉਹ ਨਹੀਂ ਹੋਗਾ ਤੇ ਮਸਲ ਪਹਿਲਾਂ ਉਹ ਪਾ ਕੇ ਆਪਣੀਆਂ ਅੱਗੇ ਬਹੁਤ ਵਾਰੀ ਬਜਾਈ ਉਹ ਹਨਾ ਸਾਡੇ ਬਹੁੰਦੇ ਵੀ ਐ ਕੈਂਚੀ ਓਏ ਮਾਰੋ ਠਾ ਦੇ ਕੇ ਬਣਾ ਇੱਕ ਪਾਸੇ ਕੌਲੀ ਜੀ ਇੱਕ ਪਾਸੇ ਉਹ ਡੰਡਾ ਜਿਹਾ ਵਿੱਚ ਪਟਾਸ ਦੀਆਂ ਅਸੀਂ ਘਰ ਤੇ ਪੁੜੀਆਂ ਬਣਾ ਲੈਂਦੇ ਪਟਾਸ ਦੀਆਂ ਬਣਾ ਦਿੰਦੇ ਅਸੀਂ ਖੰਡ ਉਹ ਮੂਰੇ ਵਾਲੀਆਂ ਹਾਂ ਛੋਟੇ ਛੋਟੇ ਕਾਗਜ਼ ਅਖਬਾਰ ਸਾਨੂੰ ਬਣਾ ਕੇ ਦੇ ਦੇਣੇ ਆ ਬਾਈਕ ਪਾਉਣੀ ਆ ਬੈਠ ਕੇ ਪੱਥਰ ਮਾਰ ਦੇਣੇ ਬਹੁਤ ਫੜਕਾ ਕਰਦੇ ਜ਼ਿਮੀਦਾਰ ਤਾਂ ਆਹੀ ਕੰਮ ਨੇ ਕਰ ਲਿਆ ਐਡੀ ਐਡੀ ਜਬੀ ਹੋਈ ਵੀ ਦੀ ਮਸੜ ਉਦੋਂ ਪਾ ਵੀ ਜੀ ਗਏ ਹਾਂ ਸਾਰੀ ਉਹ ਖਾ ਗਈਆਂ ਰਾਤ ਗਏ ਬਤਾ ਕੇ ਹੁਣ ਫੜ ਲੈ ਬੰਨ ਦੇਣੇ ਬੰਨ ਕੇ ਆਂਦੀਆਂ ਹੋਈਆਂ ਗੌਰ ਤਾਂ ਕਰਨੀ ਪੈਣੀ ਆ ਸਾਰੀ ਜ਼ਿਮੀਦਾਰ ਵੀ ਘਰਾਂ ਬੈਠਾ ਰਹੇ ਰਾਮਗੜ ਟੇਕ ਪਾਲਕ ਖਰਤਾ ਸਹੀ ਹੁਣ ਡੈਮੋ ਤਾਂ ਏਦਾਂ ਹੀ ਹੋਣੀ ਆ ਬਾਈ ਜਥੇ ਸੈਰ ਨੀ ਚੌੜਾ ਹੁੰਦਾ ਜਥੇ ਕੁਛ ਨੀ ਬਣਨਾ ਇਹਦਾ ਮੈਂ ਤੁਹਾਨੂੰ ਕਹੀ ਜਾਂਦਾ ਬਾਉਣ ਵਾਲਾ ਪਿਆ ਚੱਕ ਲਿਆ ਉਹ ਵੀ ਜਾ ਚੱਕ ਬਾਉਣ ਦਾ ਕਿੱਥੇ ਜਾਣਾ ਰਾ ਜੀ ਉਹ ਚੱਕ ਲਿਆ ਠੀਕ ਸੋ ਲੱਗੀ ਹੋਈ ਹੈਨਾ ਸੋ ਘੈਂਟ ਜੰਮੀ ਚਾਚੇ ਬਲ ਪਾਉਣ ਆਇਆ ਤੂੰ ਤਾਂ ਬਹੁਤ ਕਿੰਨੇ ਕਿੰਨੇ ਰੱਖਣੇ ਦੂਰ ਰਹੇ ਮਾਸੜ ਕਿੰਨਾ ਕੁ ਗੈਪ ਮਾਸੜ ਦੇਖੋ ਕਿਆ ਲਿਆ ਉਧਰ ਮਾਸੜ ਹਾਲੇ ਚੱਕ ਲਿਆ ਜੋੜੂਗਾ ਕਿਸੇ ਨੂੰ ਵਾਹ ਠੀਕ ਦੋ ਬੰਦੇ ਜੋੜ ਜੋੜ ਲੈਣੇ ਮੂਹਰੇ ਉਹ ਨਹੀਂ ਖਿੱਚਣਾ ਕਿੱਡੇ ਕਿੱਡੇ ਸਭ
ਬਣਿਆ ਸੀ ਹੜ ਹੁਣ ਬਲ ਬਲ ਤੂੰ ਮੂਹਰੇ ਨੂੰ ਮੂੰਹ ਕਰਾ ਅੰਦਰ ਬੜਾ ਘੈਂਟ ਹੈ ਬਣਦਾ ਤਾਂ ਵਧੀਆ ਅੱਗੇ ਯਾਰ ਮੂੰਹ ਕਰ ਲੈ ਚੱਲ ਤੂੰ ਮੈਂ ਆਪੇ ਮੂੰਹ ਰੱਖ ਲੈਣਾ ਇੱਧਰ ਡੋਲ ਦੇ ਥੱਲੇ ਲਾਉਣਾ ਇਸ ਡੋਲ ਦੇ ਨਾਲ ਲਾਉਣਾ ਇੱਕ ਆਹੋ ਇੱਥੇ ਹੁੰਦਾ ਐਂ ਚੱਲੇ ਨਾ ਫੇਰ ਗੰਨਾ ਸੀੜਨੇ ਵਾਲਾ ਇੱਕ ਬੋਲਦ ਵਾਲਾ ਗੰਨਾ ਸੀੜਨੇ ਵਾਲਾ ਗੰਨੇ ਖਾਤਰ ਬਣਾਇਆ ਪਿਆ ਇੱਕ ਵਾਲਾ ਇੱਕ ਬੋਲ ਜੁੜਦਾ ਕੱਦਾ ਪਿਆ ਹੁਣ ਅੱਜ ਕੰਮ ਦੇ ਗਿਆ ਉਰੀ ਪਿਆ ਪਿਆ ਉਹ ਚੌੜਾ ਇੰਤਰੀ ਬਣਾਉਂਦੀ ਸਿਆੜ ਹੁਣ ਇਹਦੇ ਚੌੜਾ ਬਣਾ ਦਿੱਤਾ ਜ਼ੋਰ ਤਾਂ ਲੱਗਦਾ ਉਹਦੇ ਨਿਕਲਣਾ ਹੋਰ ਕੱਬੇ ਉਹ ਤਾਂ ਕਰ ਦੂੰਗੇ ਛੋਟੀ ਨਾਲ ਫਿਰ ਇਹਨਾਂ ਜ਼ਿਆਦਾ ਹੋ ਜਾਣਾ ਇਹਦੇ ਮੈਂ ਬੀਜ ਦੂੰਗਾ ਫਿਰ ਛੋਲੇ ਐਵੇਂ ਮਸਰੀ ਬਾਈ ਛੋਲੇ ਯਾਰ ਮਸਰੀ ਲੱਗੇ ਵਿੱਚ ਪਾਸੜ ਤਾਂ ਕਹਿੰਦਾ ਇਹ ਵੀ ਨਾ ਤੇ ਹੋਣੇ ਨਹੀਂ ਹੈਗੇ ਕਰਕੇ ਦਿਖਾਉਂਦੇ ਕਰਤਾ ਦੇਣੇ ਅਸੀਂ ਹੁਣ ਗਾਹਾਂ ਰੱਬ ਦੀ ਮਰਜ਼ੀ ਹੈ ਅਸੀਂ ਆਪਣਾ ਜ਼ੋਰ ਲਾ ਦਾਂਗੇ ਮਾ ਰੱਬ ਨੂੰ ਅਸੀਂ ਦੋਸ਼ ਵੀ ਨਹੀਂ ਦੇ ਸਕਦੇ ਵੀ ਹੋਏ ਨਹੀਂ ਹੋਏ ਹੁਣ ਕੋਣਾ ਮਾਰਾ ਦੇ ਹੱਥ 'ਚ ਹੁਣ ਫਸਲ ਤਾਂ ਕਰਦੇ ਹੀ ਆ ਪੂਰੀ ਯਾਰ ਹੁਣ ਤਾਂ ਦੇਣਾ ਤਾਂ ਮਹਾਰਾਜ ਦੇ ਹੱਥ ਮਾ ਕੁਛ ਨਹੀਂ ਦੇਣਾ ਨਹੀਂ ਦੇਣਾ ਨਹੀਂ ਦੇਣਾ ਉਹਦੇ ਹੱਥ ਮਾ ਲੜਾਈਆਂ ਅਸੀਂ ਕਰ ਦੇਣੀਆਂ ਸਰੋਂ ਦੀ ਗੜਾਈ ਵੀ ਹੋਣੀ ਆ ਗਾ ਨਾਲ ਹੀ ਹੋਈ ਜਾਣੀਆਂ ਲਸਣ ਨੂੰ ਕਹੀ ਜਾਂਦਾ ਲਸਣ ਸਾਤੇ ਇੱਕ ਸੁੱਤੀ ਜਗ੍ਹਾ ਲੱਗ ਗਿਆ ਉੱਥੇ ਆ ਉੱਥੇ ਉਹ ਪਾਣੀ ਸਾਰਾ ਹੀ ਮੀਂਹ ਦਾ ਉੱਥੇ ਨੂੰ ਕਿਰਦਾ ਤਾਂ ਕੇ ਜਦੇ ਮਰ ਗਿਆ ਮੀਂਹ ਵੀ ਆ ਬਹੁਤ ਪਏ ਯਾਰ ਕਣਕਾਂ 'ਚ ਲਸਣ ਕਿੱਥੇ ਨੂੰ ਬਚੀਆਂ ਹੈਗੀਆਂ ਮਤਲਬ ਕਣਕਾਂ ਦਾ ਬਚੇ ਨਹੀਂ ਲਸਣ ਬਚ ਜਾਂਦਾ ਫਿਰ ਚੱਲ ਜੋੜ ਹੁਣ ਚੱਲ ਹੈਲੋ ਚੱਲ ਤਾਂ ਚੱਲਦੇ ਆ ਖੜਦਾ ਯਾਰ ਤੂੰ ਵੀ ਇੰਨਾ ਦਮ ਟੁੱਟ ਗਿਆ ਤੇਰਾ ਹੁਣ ਦਮ ਦੂਮ ਨਹੀਂ ਟੁੱਟਿਆ ਹੈਗਾ ਹੈ ਦਮ ਨਹੀਂ ਟੁੱਟਿਆ ਮੈਂ ਤਾਂ ਐਂ ਸੋਚਦਾ ਹਾਂ ਵੀ ਸਾਡਾ ਛੋਟਾ ਵੀ ਬਣ ਸਕਦਾ ਹੈ ਇਹਨੂੰ ਕਲਰ ਆਉਣਾ ਕੀ ਚੀਜ਼ ਇਹ ਆਹਾ ਆ ਵੀ ਛੋਟਾ ਹੋ ਸਕਦਾ ਹਾਂ ਮੂਰੇ ਵੀ ਕੱਲਾ ਡੰਡਾ ਲਾ ਦੇ ਮੂਰੇ ਵਿੱਚ ਸੜਾ ਸਕਦਾ ਮਿੱਟੀ ਵੈਸੇ ਬੋਟਲ ਚ ਹੈ ਨਾ ਜਿਵੇਂ ਬਣਾ ਦੂਆ ਗੰਨਾ ਏ ਬੀਜੜ ਚ ਤਾਂ ਓਏ ਗੰਨੇ ਵਾਸਤੇ ਤਾਂ ਉਹ ਇਹਦੀ ਪਚੰਗਲੀ ਜੀ ਪਈ ਏ ਠੀਕ ਹੈ ਕੰਮ ਉਹ ਲੋਟ ਆ ਸਭ ਤੇ ਤਰਫਾਲੀ ਉਹ ਵੀ ਫੋਰ ਤਵੀਆਂ ਵੀ ਆ ਗਈਆਂ ਉਹ ਲਿਆਉਣੀਆਂ ਚੱਕੇ ਹੁਣ ਮੈਂ ਦੇਖਦਾ ਕਿਦਣ ਤਵੀਆਂ ਤਵੀਆਂ ਵਾਲਾ ਕੰਮ ਤਵੀਆਂ ਆਇਓ ਖਿੱਚ ਹੋਣੀਆਂ ਉਹ ਤੇ ਤਵੀਆਂ ਵੀ ਠੀਕ ਆ ਉਹ ਵੀ ਠੀਕ ਆ ਉਹ ਮਿੱਟੀ ਥੱਲਣੀ ਏ ਹਾਂ ਉਹ ਸਿਆੜ ਮਾਂ ਮਿੱਟੀ ਥੱਲੀ ਜਾਣੀ ਨੇ ਉਹ ਵੀ ਲੋਟ ਆ ਢੀਲਾ ਉਹਨੇ ਚੱਕ ਕੇ ਕਰਨਾ ਏ ਉਹ ਠੀਕ ਆ ਜ਼ੋਰ ਘੱਟ ਵੀ ਲੱਗ ਉਹਨੂੰ ਜ਼ੋਰ ਵੀ ਘੱਟ ਲੱਗਦਾ ਹੋਊਗਾ ਤਵੀਆਂ ਤਾਂ ਜ਼ੋਰ ਘੱਟੇ ਲੱਗਦੇ ਲੋੜ ਨਹੀਂ ਐ ਇਹ ਤਾਂ ਪਤਾ ਲੱਗੂ ਬਾਈ ਚਲਾ ਕੇ ਹੀ ਇਹ ਮੂਰੇ ਬੰਦਿਆਂ ਜੋੜਨਾ ਵੀ ਟਰੈਕਟਰ ਨੂੰ 5 ਲੀਟਰ ਖਾਂਦਾ ਕਿ 6 ਲੀਟਰ ਖਾਂਦਾ ਮੈਂ ਦੇਖਦਾ ਜੋ ਚਾ ਕਰਦਾ ਗੱਲੇ ਦਾ ਹੁੰਦੀ ਹੈ ਪਰ ਕਿੰਨਾ ਕਨੇਡੇ ਵੀ ਜੂਗਾ ਹੁੰਦੇ ਹਾਂ ਚਾਰ ਉਪਰ ਇੰਨੇ ਕੇ ਬੀਜਨੇ ਕਿ ਸਿਆੜ ਦੂਰੇ ਆ ਠੀਕ ਹੈ ਉਹਦੀ ਹੋਰ ਤਾਂ ਬੜਿਆ ਹਾਂ ਜੇ ਪੂਰਵਾ ਹਿੱਟੀ ਜਾਏ ਸੁਣਾ ਨਹੀਂ
ਚਾਲਤਾ ਭਾਈ ਲੱਗੇ ਵੀ ਗੇਰਨ ਛੋਲੇ ਇਹ ਬੀਜ ਤੇ ਛੋਲੇ ਆਪਾਂ ਨੇ ਇਹ ਬੀਜ ਲੈ ਕੇ ਆਇਆ ਤੂੰ ਇਹ ਲੈ ਕੇ ਆਇਆ ਮੈਂ ਬੀਜਾਂ ਦੀ ਦੁਕਾਨ ਤੇ ਛੋਲੇ ਦੇਖਾ ਵਧੀਆ ਇਹ ਕੱਚ ਕੈਰਟ ਤਾਂ ਇਹ ਮੈਂ ਮਸਰੀ ਲਿਆ ਕਿਲੋ ਡੇਢ ਕਿਲੋ ਲਿਆ ਛੋਲੇ ਉਹਦਾ ਬਣਿਆ ਤਾਂ 370 ਰੁਪਈਆ 100 ਰੁਪਏ ਦਾ ਕਿਲੋ ਤਾਂ ਉਹੀ ਛੋਲੇ ਹੋਈ ਫਿਰਦੇ ਹੁਣ ਹੈ ਕਿ ਨਹੀਂ ਹੈ ਬੀਜ ਵਾਲੇ ਹੈ ਬਹੁਤ ਕੰਮ ਦਾ ਦਾਣਾ ਦੇਖ ਮਸਰੀ ਵੀ ਇੱਕਾਂ ਹੀ ਬਹੁਤ ਵਧੀਆ ਪਈ ਹੈ ਬਾਕੀ ਲਿਆਂਦੇ ਤਾਂ ਮੈਂ ਜ਼ਿਆਦਾ ਹੀ ਆ ਇਹ ਪੰਮਾ ਕਹਿੰਦਾ ਮੈਨੂੰ ਦਈ ਕਹਿੰਦਾ ਜਿਹੜੇ ਬਚ ਗਏ ਮੈਂ ਲੈ ਜਾਣੇ ਕਹਿੰਦਾ ਵੱਧੇ ਲਿਆਈ ਫਿਰ ਮੈਂ ਵੱਧੇ ਹੀ ਲਿਆਇਆ ਹੁਣ ਹੀ ਬੀਜਣੇ ਹੋਣੇ ਮਾੜੇ ਮੋਟੇ ਹੁਣ ਭਾਈ ਪੂਰੇ ਆਪਾਂ ਨੇ ਪਹਿਲਾਂ ਕੱਢਤੇ ਗੱਲ ਲੋਟ ਨਹੀਂ ਤਾਂ ਆਉਣੀ ਇਹ ਚਾਰ ਚਾਰ ਉਂਗਲ ਉੱਪਰ ਦਾਣਾ ਸਿੱਟਦਾ ਹੀ ਤਾਂ ਮੈਂ ਚਾਰ ਚਾਰ ਉਂਗਲ ਪਰ ਫਿਰ ਗੱਲ ਲੋਟ ਨਹੀਂ ਤਾਂ ਹੁਣ ਪਹਿਲਾਂ ਉਰੇ ਕੱਢੇ ਹੁਣ ਮੈਂ ਸਿੱਟੀ ਜਾਂਦਾ ਠੀਕ ਨਹੀਂ ਵਧੀਆ ਇੱਕ ਨਾ ਇੱਕਣੇ ਮਸਰੀ ਗੇਰ ਦੇਣੀ ਉਹਦੇ ਬਾਅਦ ਆਪਾਂ ਨੇ ਮਿੱਟੀ ਪਾਉਣੀ ਪੈਣਾ ਨਾਲ ਸਵੇਰੇ ਜਿੰਦਾ ਘੁਮਾਉਣਾ ਪੋਲਾ ਪੋਲਾ ਜਾਂ ਆਪਣੇ ਸਫਾਈ ਆਜੂਗੀ ਫਿਰ ਇਹ ਜੰਮੇ 'ਤੇ ਕਰਾਂਗੇ ਗਿੜਾਈ ਇਹਦੀ ਫਿਰ ਪੱਕ ਗਏ ਸਿਰੇ ਲਾ ਤੇ ਮਹਾਰਾਜ ਨੇ ਇਹ ਨਾ ਲਸ ਲਸਕੋਰ ਪੈ ਜਾਂਦੀ ਨਾ ਇਹਨੂੰ ਜੇ ਨਾ ਪਈ ਲਸਕੋਰ ਲਸਕੂਰ ਫਿਰ ਸਬਜ਼ੀ ਖਾਊਂਗੇ ਹੈ ਕਿ ਨਹੀਂ ਲਾਊਂਗਾ ਤਰੀ ਫਿਰ ਤਰੀ ਖਾਊਂਗੇ ਛੋਲਿਆਂ ਦੀ ਤਰੀ ਮੂੰਗੀ ਦੀ ਦਾਲ ਸਾਬਤੀ ਮਸਰੀ ਦੀ ਮੂੰਗੀ ਵੀ ਲਾਊਂਗੇ ਤਾਂ ਬਾਅਦ ਮੂੰਗੀ ਹੋ ਜਾਣੀ ਉਰੇ ਇਹ ਵੱਢ ਹੋ ਜਾਣੀ ਫਿਰ ਮੂੰਗੀ ਬੀਜ ਹੋਣੀ ਉਰੇ ਜਾਣੂ ਇਹਨਾਂ ਦਾ ਕੰਮ ਖੋਲਣਾ ਕਰਾਂ ਫਿਰ ਕਿਹੜਾ ਹੁਣ ਮੈਂ ਰਹਿ ਗਿਆ ਇਕੱਲਾ ਹਸਵੀਰ ਗਿਆ ਲੱਖ ਕਾਲਾ ਲੈ ਗਿਆ ਉਹਨੂੰ ਕਹਿੰਦਾ ਕੀਲਾ ਕਰਿਆ ਨਾ ਝੱਲੀਆਂ ਪੱਟ ਕੇ ਆਉਣਾ ਕਹਿੰਦਾ ਮੇਰੀ ਲੱਤ ਦੁਖਦੀ ਹੈ ਚੱਲ ਮਹਾਂ ਬਟਾਇਆ ਜਾ ਆਪਾਂ ਹੈਗੇ ਨੇ ਇਹਨੂੰ ਆਪਾਂ ਨੇ ਕੀ ਦੇਣਾ ਕਿਆ ਇਹਨਾਂ ਨੇ ਲਿਆਂਦਾ ਜਿੰਦਾ ਮਾਰਤੇ ਤੇ ਅੱਜ ਮਸੋਂ ਬਚੇ ਭਾਈ ਅੱਜ ਕਿਆ ਹੋ ਗਿਆ ਕਹਿੰਦਾ ਹਰਸ਼ਵੀਰ ਨੂੰ ਪੁੱਛੀ ਕਾਲਾ ਕਹਿੰਦਾ ਜਿੰਦਾ ਪਵਾ ਦੇ ਮੇਰੇ ਨਾਲ ਕਿਸੇ ਦਾ ਆਪ ਤੋਂ ਵਜਾਉਣ ਦਾ ਕਿਹੜਾ ਕੰਮ ਟਾਈਮ ਰਿਹਾ ਮੈਂ ਲੱਗ ਗਿਆ ਪਾਉਣ ਚਾਚੇ ਕਲੈਚ ਦੱਬਿਆ ਉਹ ਪਾਤੀਆਂ ਮੈਂ ਉਹ ਵਿੱਚ ਪਿੰਨਾਂ ਨਹੀਂ ਤੀ ਹੈਗੀਆਂ ਮੈਂ ਐਂ ਉਹ ਪਾਵਾਂ ਮੈਂ ਕਿਹਾ ਪਿੰਨਾਂ ਦੇ ਐਂ ਕੱਢਣ ਲੱਗੇ ਟੂਰੋ ਲੱਗੇ ਚੱਕ ਲਿਆ ਬਾਈ ਤੁਹਾਡਾ ਜਿੰਦਾ ਹੀ ਨਵਾਂ ਤਾ ਆਹ ਦੇਖ ਲਾ ਉਹਦੀ ਹਜੇ ਵੀ ਲੀਕ ਜੀ ਬਣੀ ਵਿਜਨ ਦੇ ਗਿਆ ਦੇ ਆ ਦੇ ਬਚ ਗਿਆ ਬਚਾਓ ਹੋ ਗਿਆ ਇਹ ਥੋੜਾ ਜਿੰਦਾ ਹੀ ਲੀਕ ਜੀ ਬਣੀ ਆ ਦੇ ਅਰੇ ਭਾਈ ਤੈਨੂੰ ਦਿਖਾ ਦਿੰਦਾ ਮੈਂ ਪ੍ਰੂਫ ਸਣ ਹਾਂ ਮੈਂ ਕਾਲੇ ਨੂੰ ਦੱਸ ਲਿਆ ਇਹ ਥੋੜਾ ਲੋਹਾ ਮੈਨੂੰ ਨਹੀਂ ਫਿੱਟ ਬੈਠੇ ਆ ਪਹਿਲੀ ਵਾਰ ਦਰਸ਼ਨ ਕਰੇ ਅੱਜ ਇਹਦੇ ਇਹਦਾ ਕੋਈ ਕਸੂਰ ਨਹੀਂ ਭਾਈ ਹੈ ਇਹ ਡਰਾਈਵਰ ਦਾ ਕਸੂਰ ਹੈ ਚੱਲ ਜੋ ਹੁਣ ਤੂੰ ਮਰਜ਼ੀ ਕਹਿ ਲਾ ਲੋਹੇ ਦਾ ਕੋਈ ਕਸੂਰ ਨਹੀਂ ਸਮਝਿਆ ਇਹ ਡਰਾਈਵਰ ਦਾ ਕਸੂਰ ਹੈ ਇੱਕ ਤਾਂ ਉਹਦਾ ਪੈਰ ਦੁਖਦਾ ਤਾ ਜਾਂ ਹੁਣ ਬੰਦੇ ਨੇ ਪਿੰਨਾ ਕੱਢਿਆ ਉਹਦਾ ਗੇਅਰ ਨਿਊਟਰਲ ਕਰੋ ਟਰੈਕਟਰ ਦਾ ਪਹਿਲਾਂ ਹੋਰ ਉਹਦਾ ਪੈਰ ਤਿਲਕ ਗਿਆ ਨਾ ਮੇਰਾ ਕਲੱਚ ਉੱਪਰ ਤੇ ਮੈਂ ਤਾਂ ਜਿਹੜਾ ਮਾੜਾ ਮੋਟਾ ਸੀ ਉਹ ਤਾਂ ਦਾਨ ਕਰਦੇ ਨੀ ਜਿਹੜਾ ਉਹ ਮਾੜਾ ਮੋਟਾ ਜਿਹਾ ਕਰਦੇ ਆ ਉਹਨੂੰ ਹੀ ਬਚਾ ਲਿਆ ਅੱਜ ਬਾਈ ਹੋਰ ਇੱਕ ਵੱਟ ਪਾਉਣੀ ਸੀ ਮੈਂ ਤਾਂ ਉਹ ਤਾਂ ਵੱਟ ਇੰਨੀ ਮਹਿੰਗੀ ਪੈਣੀ ਸੀ ਮੈਂ ਤਾਂ ਕਦੇ ਵੱਟਾਂ ਨਹੀਂ ਸੀ ਪਾਉਣੀ ਆ ਪਾਲੇ ਖੁੱਲ੍ਹਾ ਸਾਡੇ ਕਿਆ ਰੱਖਿਆ ਵੱਟਾਂ 'ਚ ਨਹੀਂ ਜਾਚੇ ਸੱਚੀ ਉਹ ਬਚਾਅ ਹੋ ਗਿਆ ਚਲੋ ਚਲੋ ਕਾਲਾ ਦੱਸਦਾ ਤਾਂ ਕਹਿੰਦਾ ਬਚ ਗਿਆ ਕਹਿੰਦਾ ਯਾਰ ਉਹ ਮੈਂ ਕਿਹਾ ਮੇਰੀ ਗੱਲ ਸੁਣ ਯਾਰ ਤੈਨੂੰ ਪਤਾ ਵੀ ਪਿੰਨ ਕੱਢਣੀ ਆ ਪਿੰਨ ਟਰੈਕਟਰ ਨੂਡਲ ਕਰੋ ਟਰੈਕਟਰ ਨੂੰ ਲੱਗਣੇ ਲੰਬੇ ਤੇ ਛੇ ਮਹੀਨੇ ਮੰਜੇ ਪੈਣ ਦਾ ਅਸਲੀ ਗੱਲ ਤਾਂ ਉਹ ਬੰਦਾ ਰਾਜ ਵੀ ਕਰਨਾ ਵਾ ਪੈਸਾ ਵੀ ਸੈੱਟ ਹੋ ਜਾਂਦਾ ਯਾਰ ਮੇਰੀ ਗੱਲ ਸੁਣ ਲਾ ਆਪਾਂ ਵੜਤਾ ਜਾਂਦੇ ਆ ਵਿੱਚ ਜਿੰਦੇ ਸਮਾਨ ਕੋਈ ਨੀ ਪਾਉਣਾ ਭਰੋਸਾ ਤਾਂ ਕੋਈ ਨੀ ਪੈ ਤੇ ਕਲੈਚੀ ਨਾਲ ਕੰਮ ਕਰੇ ਬਾਹਰ ਰੱਖਣਾ ਚਾਹੀਦੀ ਲੱਤ ਬਾ ਇਹੋ ਜਿਹਾ ਕੰਮ ਸਾਰੀ ਉਮਰ ਦਾ ਘੋੜਾ ਹੋਰ ਠੰਡ ਆਉਂਦੀ ਦੁਖੀ ਜਾਂਦੇ ਜੇ ਹੋਰ ਬਚਾਓ ਹੋ ਗਿਆ ਚੱਲ ਜੇ ਕਿਤੇ ਮੈਂ ਬੈਠਾ ਹੁੰਦਾ ਟਰੈਕਟਰ ਪਰ ਕਾਲਾ ਥੱਲੇ ਹੁੰਦਾ ਇਹਨਾਂ ਨੇ ਕਹੀ ਜਾਣਾ ਤਾਂ ਆਉਂਦਾ ਨੀ ਇਹਨੂੰ ਇਹਨੂੰ ਆਉਂਦਾ ਨੀ ਆਉਂਦਾ ਵੀ ਨੀ ਕਹਿ ਸਕਦੇ ਇਹਨੂੰ ਆਉਂਦਾ ਨੀ ਇਹਨੂੰ ਆਉਂਦਾ ਨੀ ਹੈ ਮੈਨੂੰ ਪਤਾ ਤਾਂ ਇਹੀ ਗੱਲ ਫੜਨੀ ਸੀ ਹਰਸ਼ਵੀਰ ਤਾਂ ਉੱਥੇ ਹਰਸ਼ਵੀਰ ਨੇ ਇਹੀ ਗੱਲ ਫੜਨੀ ਸੀ ਚੌਥੇ ਦਾ ਅਸੀਂ ਅੱਜ ਦੇਖਿਆ ਹੈ
ਚੱਕਰ ਪਤਾ ਕਿਆ ਉਹਦੇ ਲੱਤ ਪੈਰ ਤਿਲਕਣੇ ਕਰਕੇ ਹੋਇਆ ਕੰਮ ਚਲੋ ਅਗਲਾ ਕਿਹੜੇ ਜਾਣ ਕੇ ਕਰਦਾ ਉਹ ਤਾਂ ਕੁਦਰਤੀ ਸਾਰਿਆਂ ਨੂੰ ਕੁਦਰਤੀ ਨਾ ਨਾ ਬਾਪੀ ਦਾ ਨਾਂ ਹੈ ਅਜਾਗਰ ਸਿੰਘ ਸਾਡੇ ਬਾਪੀ ਦੇ ਨਾਂ ਅਜਾਗਰ ਸਿੰਘ ਅਜਾਗਰ ਸਿੰਘ ਜਾਨਤਾ ਉਹ ਗਿੱਲੇ ਹੈ ਗਿੱਲਾ ਖਿੱਚੋ ਗਿੱਲੇ ਹੈ ਰਾਤ ਰਾਤ ਫੁੱਲ ਜਾਣਾ ਸਿੰਘ ਵੀ ਪਹੁੰਚ ਗਿਆ ਸਾਡੇ ਚ ਬਾਈ ਕੀ ਹਾਲ ਵਧੀਆ ਬਾਈ ਹੋਰ ਬਾਈ ਹੋਰ ਬਸ ਠੀਕ ਠਾਕ ਅੱਜ ਆਇਆ ਤਾ ਉਹ ਨਹੀਂ ਯਾਰ ਉਹ ਲਾਇਸੈਂਸ ਦਾ ਨਿਊ ਤਾ